ਗਰਮੀ ਦੇ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਕੁਰਸੀ ਤੇ ਬੈਠੇ ਬੈਠੇ ਹੀ ਉਸਨੇ ਦਮ ਤੋੜ ਦਿੱਤਾ ਹੈ। 40 ਸਾਲਾਂ ਉਸ ਵਿਅਕਤੀ ਦੀ ਉਮਰ ਦੱਸੀ ਜਾ ਰਹੀ ਹੈ। ਜਿਵੇਂ ਤੁਸੀਂ ਜਾਣਦੇ ਹੋ, ਪੰਜਾਬ ਦੇ ਵਿੱਚ ਅੱਜ ਦੀ ਗਰਮੀ ਪੈ ਰਹੀ ਹੈ, ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ। ਇਹ ਮਾਮਲਾ ਸਾਰਾ ਮੋਹਾਲੀ ਦੇ 5 ਫੇਸ ਤੋਂ ਸਾਹਮਣੇ ਆਇਆ ਹੈ, ਜਿੱਥੇ ਕੁਰਸੀ 'ਤੇ ਬੈਠੇ ਬੈਠੇ ਹੀ ਵਿਅਕਤੀ ਨੇ ਦਮ ਤੋੜ ਦਿੱਤਾ ਹੈ। ਉਸਦਾ ਨਾਮ ਰਾਮ ਬਹਾਦਰ ਦੱਸਿਆ ਜਾ ਰਿਹਾ, ਜੋ ਇੱਕ PG ਦੇ ਵਿੱਚ ਖਾਣਾ ਬਣਾਉਣ ਦਾ ਕੰਮ ਕਰਦਾ ਸੀ ਅਤੇ ਪਿੱਛੋਂ ਨੇਪਾਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਅੱਜ ਦੁਪਹਿਰ ਇਹ ਸਾਰੀ ਘਟਨਾ ਵਾਪਰੀ ਹੈ, ਜਿੱਥੇ ਉਹ ਇੱਕ ਜੂਸ ਦੀ ਰੇਹੜੀ ਦੇ ਕੋਲ ਕੁਰਸੀ 'ਤੇ ਬੈਠਾ ਸੀ। ਕਾਫੀ ਸਮੇਂ ਬਾਅਦ ਉਹ ਕੁਛ ਵੀ ਉਹਨੇ ਕੋਈ ਮੂਵਮੈਂਟ ਨਹੀਂ ਕੀਤੀ, ਜਿਸ ਤੋਂ ਬਾਅਦ ਦੁਕਾਨਦਾਰ ਅਤੇ ਰੇਹੜੀ ਵਾਲਿਆਂ ਨੂੰ ਸ਼ੱਕ ਹੋਇਆ। ਉਹਨਾਂ ਨੇ ਕੁਰਸੀ ਦੇ ਕੋਲ ਜਾ ਕੇ ਉਸਨੂੰ ਹਿਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਕੋਈ ਜਵਾਬ ਨਹੀਂ ਦਿੱਤਾ, ਜਿਸ ਤੋਂ ਬਾਅਦ ਦੁਕਾਨਦਾਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪਹੁੰਚਿਆ ਹੈ, ਉਸਦੀ ਡੈੱਡ ਬੋਡੀ ਨੂੰ ਹਸਪਤਾਲ ਦੇ ਵਿੱਚ ਰਖਵਾ ਦਿੱਤਾ ਹੈ। ਮੁੱਢਲੀ ਜਾਣਕਾਰੀ ਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਉਸਦਾ 4 ਕੁ ਸਾਲ ਪਹਿਲਾਂ ਸਿਰ ਦਾ ਓਪਰੇਸ਼ਨ ਹੋਇਆ ਸੀ ਅਤੇ ਅੱਤ ਦੀ ਗਰਮੀ ਦੇ ਕਾਰਨ ਹੋ ਸਕਦਾ ਹੈ ਕਿ ਉਸਦੀ ਜਾਨ ਚਲੇ ਗਈ ਹੈ। ਹਾਲਾਂਕਿ ਇਹ ਸਾਰੇ ਮਾਮਲੇ 'ਤੇ ਹੁਣ ਜਾਂਚ ਵੀ ਹੋਵੇਗੀ। ਪੁਲਿਸ ਪ੍ਰਸ਼ਾਸਨ ਦਾ ਅਜੇ ਇਸ 'ਤੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ। ਫਿਲਹਾਲ ਪੁਲਿਸ ਨੇ ਉਸਦੀ ਡੈੱਡ ਬੋਡੀ ਨੂੰ ਹਸਪਤਾਲ ਦੇ ਵਿੱਚ ਰਖਵਾ ਦਿੱਤਾ ਹੈ। ਦੱਸੀਏ ਕਿ ਮੋਹਾਲੀ ਦੇ 5 ਫੇਸ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ ਗਰਮੀ ਦੇ ਕਾਰਨ ਇੱਕ ਵਿਅਕਤੀ ਨੇ ਦਮ ਤੋੜ ਦਿੱਤਾ ਹੈ। ਉਹ ਜੂਸ ਦੀ ਰੇਹੜੀ ਦੇ ਕੋਲ ਕੁਰਸੀ 'ਤੇ ਬੈਠਾ ਸੀ। ਕੁਰਸੀ 'ਤੇ ਬੈਠੇ ਬੈਠੇ ਉਸਦੀ ਜਾਨ ਚਲੇ ਗਈ ਹੈ। ਅੱਜ ਇੱਕ ਟੈਲੀਫੋਨ ਮਸ਼ਹੂਰ ਹੋਇਆ ਸੀਗਾ ਵੀ 5 ਫੇਸ ਮਾਰਕੀਟ ਦੇ ਵਿੱਚ ਇੱਕ ਬੰਦਾ ਕੋਈ ਅਨਨੋਨ ਹੈਗਾ, ਡੈੱਡ ਬੋਡੀ ਵੀ ਨਹੀਂ ਮਿਲੀ ਹੈਗੀ, ਅਤੇ ਮੌਕੇ 'ਤੇ ਆ ਕੇ ਪੜਤਾਲ ਕੀਤੀ ਹੈ ਅਤੇ ਉਹਨਾਂ ਨੂੰ ਡੈੱਡ ਬੋਡੀ ਮੋਰਚਰੀ ਸ਼ਿਫਟ ਕਰ ਰਹੇ ਹੈ। ਜਿਹੜਾ ਨੈਕਸਟ ਫਰਦਰ ਪ੍ਰੋਸੀਡਿੰਗ ਉਹਨਾਂ ਦੇ ਵਾਰਸਾਂ ਦੇ ਆਰ 'ਤੇ ਕੀਤੀ ਜਾਵੇ। ਭਗਤ ਸਿੰਘ ਜੀ, ਕਾਰਨ ਪਤਾ ਲੱਗਿਆ ਮੌਤ ਦਾ? ਕੁਛ ਕਾਰਨ ਕੁਛ ਨਹੀਂ ਹਜੇ ਪਤਾ ਲੱਗਿਆ, ਕੌਜ ਆਫ ਡੈੱਥ ਦਾ ਕੋਈ ਕਲੀਅਰ ਨਹੀਂ। ਇਹਦੀ ਪਹਿਚਾਣ ਹੋ ਗਈ ਜੀ? ਪਹਿਚਾਣ ਹੋ ਗਈ। ਗਰਮੀ ਦੇ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਕੁਰਸੀ 'ਤੇ ਬੈਠੇ ਬੈਠੇ ਹੀ ਉਸਨੇ ਦਮ ਤੋੜ ਦਿੱਤਾ ਹੈ। 40 ਸਾਲਾਂ ਉਸ ਵਿਅਕਤੀ ਦੀ ਉਮਰ ਦੱਸੀ ਜਾ ਰਹੀ ਹੈ। ਜਿਵੇਂ ਤੁਸੀਂ ਜਾਣਦੇ ਹੋ, ਪੰਜਾਬ ਦੇ ਵਿੱਚ ਅੱਜ ਦੀ ਗਰਮੀ ਪੈ ਰਹੀ ਹੈ, ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ। ਇਹ ਮਾਮਲਾ ਸਾਰਾ ਮੋਹਾਲੀ ਦੇ 5 ਫੇਸ ਤੋਂ ਸਾਹਮਣੇ ਆਇਆ ਹੈ, ਜਿੱਥੇ ਕੁਰਸੀ 'ਤੇ ਬੈਠੇ ਬੈਠੇ ਹੀ ਵਿਅਕਤੀ ਨੇ ਦਮ ਤੋੜ ਦਿੱਤਾ ਹੈ। ਉਸਦਾ ਨਾਮ ਰਾਮ ਬਹਾਦਰ ਦੱਸਿਆ ਜਾ ਰਿਹਾ, ਜੋ ਇੱਕ PG ਦੇ ਵਿੱਚ ਖਾਣਾ ਬਣਾਉਣ ਦਾ ਕੰਮ ਕਰਦਾ ਸੀ ਅਤੇ ਪਿੱਛੋਂ ਨੇਪਾਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਅੱਜ ਦੁਪਹਿਰ ਇਹ ਸਾਰੀ ਘਟਨਾ ਵਾਪਰੀ ਹੈ, ਜਿੱਥੇ ਉਹ ਇੱਕ ਜੂਸ ਦੀ ਰੇਹੜੀ ਦੇ ਕੋਲ ਕੁਰਸੀ 'ਤੇ ਬੈਠਾ ਸੀ। ਕਾਫੀ ਸਮੇਂ ਬਾਅਦ ਉਹ ਕੁਛ ਵੀ ਉਹਨੇ ਕੋਈ ਮੂਵਮੈਂਟ ਨਹੀਂ ਕੀਤੀ, ਜਿਸ ਤੋਂ ਬਾਅਦ ਦੁਕਾਨਦਾਰ ਅਤੇ ਰੇਹੜੀ ਵਾਲਿਆਂ ਨੂੰ ਸ਼ੱਕ ਹੋਇਆ। ਉਹਨਾਂ ਨੇ ਕੁਰਸੀ ਦੇ ਕੋਲ ਜਾ ਕੇ ਉਸਨੂੰ ਹਿਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਕੋਈ ਜਵਾਬ ਨਹੀਂ ਦਿੱਤਾ, ਜਿਸ ਤੋਂ ਬਾਅਦ ਦੁਕਾਨਦਾਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪਹੁੰਚਿਆ ਹੈ, ਉਸਦੀ ਡੈੱਡ ਬੋਡੀ ਨੂੰ ਹਸਪਤਾਲ ਦੇ ਵਿੱਚ ਰਖਵਾ ਦਿੱਤਾ ਹੈ। ਮੁੱਢਲੀ ਜਾਣਕਾਰੀ ਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਉਸਦਾ 4 ਕੁ ਸਾਲ ਪਹਿਲਾਂ ਸਿਰ ਦਾ ਓਪਰੇਸ਼ਨ ਹੋਇਆ ਸੀ ਅਤੇ ਅੱਤ ਦੀ ਗਰਮੀ ਦੇ ਕਾਰਨ ਹੋ ਸਕਦਾ ਹੈ ਕਿ ਉਸਦੀ ਜਾਨ ਚਲੇ ਗਈ ਹੈ। ਹਾਲਾਂਕਿ ਇਹ ਸਾਰੇ ਮਾਮਲੇ 'ਤੇ ਹੁਣ ਜਾਂਚ ਵੀ ਹੋਵੇਗੀ। ਪੁਲਿਸ ਪ੍ਰਸ਼ਾਸਨ ਦਾ ਅਜੇ ਇਸ 'ਤੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ। ਫਿਲਹਾਲ ਪੁਲਿਸ ਨੇ ਉਸਦੀ ਡੈੱਡ ਬੋਡੀ ਨੂੰ ਹਸਪਤਾਲ ਦੇ ਵਿੱਚ ਰਖਵਾ ਦਿੱਤਾ ਹੈ। ਦੱਸੀਏ ਕਿ ਮੋਹਾਲੀ ਦੇ 5 ਫੇਸ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ ਗਰਮੀ ਦੇ ਕਾਰਨ ਇੱਕ ਵਿਅਕਤੀ ਨੇ ਦਮ ਤੋੜ ਦਿੱਤਾ ਹੈ। ਉਹ ਜੂਸ ਦੀ ਰੇਹੜੀ ਦੇ ਕੋਲ ਕੁਰਸੀ 'ਤੇ ਬੈਠਾ ਸੀ। ਕੁਰਸੀ 'ਤੇ ਬੈਠੇ ਬੈਠੇ ਉਸਦੀ ਜਾਨ ਚਲੇ ਗਈ ਹੈ। ਅੱਜ ਇੱਕ ਟੈਲੀਫੋਨ ਮਸ਼ਹੂਰ ਹੋਇਆ ਸੀਗਾ ਵੀ 5 ਫੇਸ ਮਾਰਕੀਟ ਦੇ ਵਿੱਚ ਇੱਕ ਬੰਦਾ ਕੋਈ ਅਨਨੋਨ ਹੈਗਾ, ਡੈੱਡ ਬੋਡੀ ਵੀ ਨਹੀਂ ਮਿਲੀ ਹੈਗੀ,
ਅਤੇ ਮੌਕੇ 'ਤੇ ਆ ਕੇ ਪੜਤਾਲ ਕੀਤੀ ਹੈ ਅਤੇ ਉਹਨਾਂ ਨੂੰ ਡੈੱਡ ਬੋਡੀ ਮੋਰਚਰੀ ਸ਼ਿਫਟ ਕਰ ਰਹੇ ਹੈ, ਜਿਹੜਾ ਨੈਕਸਟ ਫਰਦਰ ਪ੍ਰੋਸੀਡਿੰਗ ਉਹਨਾਂ ਦੇ ਵਾਰਸਾਂ ਦੇ ਆਉਣ 'ਤੇ ਕੀਤੀ ਜਾਵੇ। ਭਗਤ ਸਿੰਘ ਜੀ, ਕਾਰਨ ਪਤਾ ਲੱਗਿਆ ਮੌਤ ਦਾ? ਕੁਛ ਕਾਰਨ ਕੁਛ ਨਹੀਂ ਹੈ ਜੀ ਪਤਾ ਲੱਗਿਆ, ਕੋਈ ਕਲੀਅਰ ਨਹੀਂ। ਪਹਿਚਾਣ ਹੋ ਗਈ ਜੀ? ਪਹਿਚਾਣ ਹੋ ਗਈ।